ਦਸਾਂਝ ਸਪੋਰਟਸ ਆਰਟਸ ਕਲਚਰ ਐਂਡ ਫਾਊਂਡੇਸ਼ਨ ਟੋਰਾਂਟੋ ਵੱਲੋਂ ਦਸਾਂਝ ਕਲਾਂ ਲਾਦੀਆਂ ਕੋਟ ਗਰੇਵਾਲ ਦੇ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਲਈ 32,000 ਅਤੇ ਖਿਡਾਰੀ ਸੁਨੀਲ ਲਈ 10,000 ਰੁਪਇਆ ਖੁਰਾਕ ਲਈ ਭੇਜਿਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਦਸਾਂਝ ਕਲਾਂ ਵੱਲੋਂ ਇੱਕ ਅਹਿਮ ਮੀਟਿੰਗ ਕਰਕੇ ਗੁਰੂ ਘਰਾਂ ਸੇਵਾਦਾਰਾਂ ਨੂੰ 25-25 ਰੁਪਇਆ ਤਕਸੀਮ ਕੀਤਾ ਗਿਆ। ਪਿੰਡ ਦੇ ਸਰਪੰਚ ਮੱਖਣ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਪੋਰਟਸ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਮਰਾਮੈਨ ਸਿੰਘ ਨਾਲ ਡਿੰਪਲ ਦੀ ਵਿਸ਼ੇਸ਼ ਰਿਪੋਰਟ। ਚਲੋ ਠੀਕ ਹੈ ਜੀ, ਚਲੋ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਕਰਦੇ ਹਾਂ ਦਸਾਂਝ ਸਪੋਰਟਸ ਆਰਟਸ ਕਲਚਰ ਐਂਡ ਫਾਊਂਡੇਸ਼ਨ ਸੋਸਾਇਟੀ ਟੋਰਾਂਟੋ ਵਾਲਿਆਂ ਦਾ, ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਪੈਸਾ ਸਾਡੇ ਪਿੰਡ ਵਾਸਤੇ ਜਾਂ ਜਿੱਦਾਂ ਦੀ ਵੀ ਲੋੜ ਹੋਵੇ, ਚਾਹੇ ਖੇਡਾਂ ਦਾ ਮੈਦਾਨ ਲਈ ਹੋਵੇ, ਚਾਹੇ ਪਿੰਡ ਦੇ ਵਿਕਾਸ ਵਾਸਤੇ ਹੋਵੇ, ਅਤੇ ਬਹੁਤ ਪੈਸਾ ਭੇਜਿਆ। ਅਤੇ ਇਸ ਵਾਰੀ ਵੀ ਉਹਨਾਂ ਨੇ ਲੋਕਡਾਊਨ ਦੇ ਦੌਰਾਨ ਚੱਲਦਿਆਂ ਜਿਹੜਾ ਉਹ ਗੁਰਦੁਆਰੇ ਮੰਦਰਾਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਵਾਸਤੇ 2,500 ਰੁਪਈਆ ਜਿਹੜਾ ਆ ਉਹ ਸਾਡੇ ਦਸਾਂਝ ਕਲਾਂ ਦੇ ਗੁਰਦੁਆਰੇ ਮੰਦਰਾਂ ਵਾਸਤੇ ਅਤੇ ਕੋਟ ਗਰੇਵਾਲ ਦੇ ਗੁਰਦੁਆਰਿਆਂ ਵਾਸਤੇ ਅਤੇ ਜਿਹੜੇ ਹੈਗੇ ਆ ਲਾਦੀਆਂ ਦੇ ਗੁਰਦੁਆਰਿਆਂ ਵਾਸਤੇ 42,000 ਰੁਪਈਆ ਜਿਹੜਾ ਆ, ਜਿਹਦੇ ਵਿੱਚੋਂ 32,500 ਰੁਪਈਆ ਧਾਰਮਿਕ ਸੰਸਥਾਵਾਂ ਦਾ ਅਤੇ 10,000 ਰੁਪਈਆ ਦਸਾਂਝ ਕਲਾਂ ਦੇ ਸੁਨੀਲ ਕਬੱਡੀ ਖਿਡਾਰੀ ਲਈ ਭੇਜਿਆ ਹੈਗਾ। ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਗ੍ਰਾਮ ਪੰਚਾਇਤ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਿੱਲੀ ਕਿਸਾਨ ਮੋਰਚਾ ਆਪਣੇ 16ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਸਿਖਰ 'ਤੇ ਪਹੁੰਚ ਚੁੱਕਾ ਹੈ। ਪਹਿਲਾਂ ਹੀ ਸਰਕਾਰ ਦੀਆਂ ਗੋਡਣੀਆਂ ਲੱਗ ਚੁੱਕੀਆਂ, ਉਹ ਕਾਨੂੰਨਾਂ 'ਚ ਸੁਧਾਰ ਕਰਨ ਲਈ ਤਿਆਰ ਆ ਅਤੇ ਮੰਨ ਗਈ ਆ ਵੀ ਕਾਨੂੰਨ ਕਿਸਾਨਾਂ ਦੇ ਨਹੀਂ ਵਪਾਰੀਆਂ ਦੇ ਟ੍ਰੇਡਰਸ ਦੇ ਹਨ। ਹੁਣ ਜੇ ਆਪਾਂ ਰਲ ਕੇ ਹੋਰ ਹਮਲਾ ਮਾਰੀਏ, ਵੱਧ ਤੋਂ ਵੱਧ ਵਲੰਟੀਅਰ ਉੱਥੇ ਦਿੱਲੀ ਘਰਾਓ ਵਿੱਚ ਭੇਜੀਏ, ਇਹਦੇ ਨਾਲ ਨਾਲ ਹਿਸਟਰੀ ਵਿੱਚ ਇਹ ਕਿਸਾਨ ਅੰਦੋਲਨ ਸਭ ਤੋਂ ਵੱਡਾ ਅੰਦੋਲਨ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲਵੋ। ਪਹਿਲਾਂ ਵੀ ਸਾਡੇ ਸੱਜਣ 26 ਤਰੀਕ ਤੋਂ ਉੱਥੇ ਬੈਠੇ ਹਨ ਅਤੇ ਬਦਲ ਬਦਲ ਕੇ ਪੈਸੇ ਵੀ ਦੇ ਕੇ ਆਉਂਦੇ ਹਨ, ਰਸਦ ਵੀ ਦੇ ਕੇ ਆਉਂਦੇ ਹਨ। ਹੁਣ 13 ਤਰੀਕ ਨੂੰ ਫਿਰ ਗੱਡੀ ਭਰ ਕੇ ਜਾਵੇਗੀ ਔਰ ਲਗਾਤਾਰ 3-3, 4-4 ਦਿਨਾਂ ਬਾਅਦ ਇਸ ਪਿੰਡ ਅਤੇ ਇਲਾਕੇ ਦੇ ਵੱਲੋਂ ਵੱਧ ਤੋਂ ਵੱਧ ਵਲੰਟੀਅਰਾਂ ਨੂੰ ਭੇਜਿਆ ਜਾਵੇਗਾ। ਅਸੀਂ ਉਹਨਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਕਿਸਾਨ ਜਥੇਬੰਦੀਆਂ ਨੇ 12 ਦਸੰਬਰ ਅਤੇ 14 ਦਸੰਬਰ ਨੂੰ ਪ੍ਰੋਗਰਾਮ ਦਿੱਤਾ ਹੈ ਉਹਦੇ ਵਿੱਚ ਵੀ ਅਸੀਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਸਾਡੇ NRI ਭਰਾਵਾਂ ਨੇ ਵੀ ਲੱਖਾਂ ਹਜ਼ਾਰਾਂ ਰੁਪਈਏ ਭੇਜੇ ਹਨ, ਦਲਜੀਤ ਦੁਸਾਂਝ ਨੇ ਵੀ 1 ਕਰੋੜ ਦਿੱਤਾ ਹੈ ਅਤੇ ਪਿੰਡ ਦੇ ਨਾਂ ਨੂੰ 4 ਚੰਨ ਲਾਉਣ ਲਈ ਉਹਨਾਂ ਦਾ ਜਿਹੜਾ ਇਹ ਉੱਦਮ ਹੈ ਬੜਾ ਪ੍ਰਸ਼ੰਸਾਯੋਗ ਹੈ। ਅਸੀਂ NRI ਭਰਾਵਾਂ ਨੂੰ ਪੂਰਾ ਯਕੀਨ ਦਿਵਾਉਂਦੇ ਹਾਂ ਅਤੇ ਪਿੰਡ ਵਿੱਚੋਂ ਵੀ ਜਿਹੜੇ ਮਦਦ ਦੇ ਰਹੇ ਆ ਕਿ ਪਾਈ ਪਾਈ ਦਾ ਹਿਸਾਬ ਰੱਖਿਆ ਜਾਏਗਾ ਪੈਸੇ ਦਾ ਅਤੇ ਇਕੱਠੇ ਕਰਕੇ ਜਾਂ ਉੱਦਾਂ ਸੋਸ਼ਲ ਮੀਡੀਆ 'ਤੇ ਪਾ ਕੇ ਧੰਨਵਾਦ ਵੀ ਕੀਤਾ ਜਾਊਗਾ, ਹਿਸਾਬ ਵੀ ਦਿੱਤਾ।